ਜਿਹੜੀ ਕੌਮ ਜਿਹੜਾ ਪੰਥ ਆਪਣੇ ਚਾਰ ਥੰਮਾਂ ਦੇ ਉੱਤੇ, ਚਾਰ ਧਿਰਾਂ ਦੇ ਉੱਤੇ, ਚਾਰ ਆਪਣੇ ਸਿਧਾਂਤਾਂ ਦੇ ਉੱਤੇ ਆਪਣੀ ਕੌਮ ਨੂੰ ਨਿੱਗਰ ਕਰਕੇ ਖੜ੍ਹਾ ਨਹੀਂ ਕਰ ਸਕਦਾ, ਉਹ ਆਗੂ ਕੌਮ ਦੇ ਵਿੱਚ ਹਮੇਸ਼ਾ ਹੀ ਕੌਮ ਦੀਆਂ ਨਜ਼ਰਾਂ ਵਿੱਚ ਕਹਿ ਲਓ, ਦੁਨੀਆਂ ਦੀਆਂ ਨਜ਼ਰਾਂ ਵਿੱਚ ਕਹਿ ਲਓ, ਉਸ ਆਗੂ ਦਾ ਕੋਈ ਥਾਂ ਕੋਈ ਜਗ੍ਹਾ ਨਹੀਂ ਰਹਿ ਜਾਂਦੀ। ਧਰਮ ਦੇ ਵਿੱਚ ਆਈ ਗਿਰਾਵਟ ਨੂੰ ਤੋੜਨਾ ਇਹ ਵੀ ਸਾਡੇ ਸ਼ਤਾਬਦੀਆਂ ਦਾ ਮੁੱਖ ਮਕਸਦ ਹੈ ਕਿ ਸਾਡੀ ਕੌਮ ਨਸ਼ਿਆਂ ਵਿੱਚ ਲੱਗ ਕੇ ਜਵਾਨੀ ਬਰਬਾਦ ਕਰ ਰਹੀ ਹੈ, ਉਹਨੂੰ ਕਿਵੇਂ ਬਚਾਉਣਾ, ਇਹ ਸਿਆਣੇ ਕੌਮ ਦੇ ਆਗੂਆਂ ਦਾ ਫਰਜ਼ ਹੈ। ਅਸੀਂ ਇੱਕ ਥਾਂ 'ਤੇ ਬੈਠ ਕੇ ਵਿਸ਼ਲੇਸ਼ਣ ਕਰੀਏ ਕਿ ਅਸੀਂ ਆਪਣੀ ਜਵਾਨੀ ਨੂੰ ਕਿਵੇਂ ਬਚਾਉਣਾ। ਇੱਥੇ ਬਸ ਨਹੀਂ, ਵਿਦੇਸ਼ਾਂ ਦੀ ਧਰਤੀ 'ਤੇ ਵੀ ਸਾਡੀ ਜਵਾਨੀ ਸਾਧ ਸੰਗਤੀ ਨਸ਼ਿਆਂ 'ਚ ਰੁਲ ਕੇ ਆਪਣੀ ਅਮੋਲਕ ਹੀਰਿਆਂ ਵਰਗੀ ਜ਼ਿੰਦਗੀ ਕੌਡੀਆਂ ਦੇ ਭਾਅ ਗਵਾ ਰਹੀ ਹੈ। ਮੈਂ ਜਾ ਕੇ ਅੱਖੀਂ ਦੇਖ ਲਿਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਥ ਨੂੰ, ਸਾਰੀ ਕੌਮ ਨੂੰ, ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੀ ਕੌਮ ਨੂੰ ਕੱਢਣ ਲਈ ਬੜੇ ਤੁਸੀਂ ਉਪਰਾਲੇ ਕੀਤੇ ਹੈ, ਅਜੇ ਹੋਰ ਉਪਰਾਲਿਆਂ ਦੀ ਲੋੜ ਹੈ। ਗੁਰਸਿੱਖੀ ਦੇ ਬਾਣੀ ਬਾਣੇ ਵਿੱਚ ਆਪਣੀ ਕੌਮ ਨੂੰ, ਆਪਣੇ ਪੰਥ ਨੂੰ ਪ੍ਰਪੱਕ ਕਰਨ ਦੀ ਵੱਡੀ ਲੋੜ ਹੈ।